ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਲੈ ਕੇ ਹਾਜ਼ਰ ਇੱਕ ਹੋਰ ਖਬਰ। ਫਿਰੋਜ਼ਪੁਰ ਦੇ ਪਿੰਡ ਪੁੱਜੋ ਕੇ ਉਤਾਰ 'ਚ ਕਾਂਗਰਸੀਆਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਕਾਂਗਰਸੀ ਸਰਪੰਚ ਦਾ ਪਤੀ ਅਤੇ ਉਸਦੇ ਸਾਥੀ ਹੱਥਾਂ 'ਚ ਹਥਿਆਰ ਲੈ ਕੇ ਪਿੰਡ 'ਚ ਘੁੰਮਦੇ ਰਹੇ। ਉਕਤ ਲੋਕ ਪਿੰਡ ਦੀਆਂ ਗਲੀਆਂ 'ਚ ਸ਼ਰੇਆਮ ਬਦਮਾਸ਼ੀ ਕਰ ਰੋਡ ਸ਼ੋਅ ਕਰਦੇ ਹੋਏ ਨਜ਼ਰ ਵੀ ਆਏ। ਕੀ ਇਹ ਮਾਮਲਾ? ਆਓ ਦੇਖਦੇ ਹਾਂ। ਇਹ ਵੀਡੀਓ ਕਿਸੇ ਮੇਲੇ, ਧਰਨੇ ਜਾਂ ਕਿਸੇ ਜਲਸੇ ਦੀ ਨਹੀਂ ਹੈ, ਬਲਕਿ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਪੋਜੋ ਕੇ ਉਤਾੜ ਦੀਆਂ ਹਨ, ਜਿੱਥੇ ਕਾਂਗਰਸ ਦੀ ਸਰਪੰਚ ਦੇ ਪਤੀ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ, ਜਿਸਨੇ ਗੁਆਂਢ ਵਿੱਚ ਵਿਆਹ ਸਮਾਗਮ ਸਮੇਂ ਰਸਤੇ ਵਿੱਚ ਤਕਰਾਰਬਾਜ਼ੀ ਦੇ ਚੱਲਦਿਆਂ ਹਥਿਆਰਾਂ ਨਾਲ ਲੈਸ 2.5-3 ਦਰਜਨ ਗੁੰਡਾ ਅਨਸਰਾਂ ਨੂੰ ਨਾਲ ਲੈ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਜਾਣਕਾਰੀ ਅਨੁਸਾਰ ਵਿਆਹ ਮੌਕੇ ਭੰਗੜਾ ਪਾ ਰਹੇ ਲੋਕਾਂ ਨਾਲ ਸਰਪੰਚ ਦੇ ਪਤੀ ਬਿਕਰਮਜੀਤ ਸਿੰਘ ਦਾ ਕਿਸੇ ਗੰਨ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਸੱਤਾ ਦੇ ਨਸ਼ੇ ਵਿੱਚ ਚੂਰ ਬਿਕਰਮਜੀਤ ਨੇ ਫੋਨ ਕਰਕੇ ਹਥਿਆਰਬੰਦ ਲੋਕਾਂ ਨੂੰ ਸੱਦ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਗੁੰਡਾਗਰਦੀ ਦੀ ਹੱਦ ਉਸ ਸਮੇਂ ਖਤਮ ਹੁੰਦੀ ਦਿਖਾਈ ਦਿੱਤੀ ਜਦੋਂ ਬਿਕਰਮਜੀਤ ਨੇ ਆਪਣੇ ਸਾਥੀਆਂ ਸਮੇਤ ਪਿੰਡ ਵਿੱਚ ਹਥਿਆਰ ਲਹਿਰਾਉਂਦੇ ਹੋਏ ਪਿੰਡ ਵਿੱਚ ਦਹਿਸ਼ਤ ਫੈਲਾ ਦਿੱਤੀ। ਉਧਰ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਆਰੋਪੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਪੰਚ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ ਅਤੇ ਬਰਾਤ ਨੂੰ ਵੀ ਰੋਕਿਆ ਹੈ। ਰਾਜਵਿੰਦਰ ਕੌਰ ਸਰਪੰਚ, ਉਹਦਾ ਪਤੀ ਬਿਕਰਮਜੀਤ ਸਿੰਘ। 20 ਤਰੀਕ ਦੀ ਗੱਲ ਹੈ, ਤਕਰੀਬਨ 9:30 ਦੀ ਗੱਲ ਹੈ। ਸਾਰੇ ਗੁੰਡੇ ਮੰਗਵਾ ਕੇ ਇਹਨੇ ਸਾਰਾ ਚੱਕਰ ਪਿੰਡ ਦਾ ਕੱਢਦਾ ਰਿਹਾ, ਧਮਕਾਉਂਦਾ ਰਿਹਾ, ਸਾਡੇ ਬੂਹੇ ਅੱਗੋਂ ਲੰਘਿਆ। ਇੱਥੋਂ ਅਸੀਂ ਆਪਦੇ ਭਤੀਜੇ ਦਾ, ਮੇਰੇ ਦਾ ਵਿਆਹ ਸੀ, ਅਤੇ ਇਹਨੇ ਇੱਥੇ ਆ ਕੇ ਬੰਦੂਕਾਂ ਅਤੇ ਰਾਈਫਲਾਂ ਅਤੇ ਧਮਕੀਆਂ ਦਿੰਦਾ ਰਿਹਾ ਵੀ ਬਾਹਰ ਨਿਕਲੋ, ਤੁਹਾਨੂੰ ਅੱਜ ਜਾਣ ਨਹੀਂ ਦੇਣਾ ਸੁੱਕਾ। ਕਿ ਬਰਾਤ ਵੀ ਇਹਨੇ ਰੋਕੀ ਰੱਖੀ? ਹਾਂ, ਬਰਾਤ ਵੀ ਇਹਨੇ ਰੋਕੀ ਹੈ। ਆਉਂਦਾ ਜਿਹੜਾ ਮਰਜ਼ੀ ਆਵੇ ਉਹਨੂੰ ਮਾਰ ਦਿਆਂਗੇ। ਫਿਰ ਮੇਰਾ ਨਾਂ ਲੈਂਦੇ ਸੀ ਵੀ ਬਾਹਰ ਸੁਰਜੀਤ ਸਿੰਘ ਨੂੰ ਬਾਹਰ ਕੱਢੋ, ਅਤੇ ਮੁਖਤਿਆਰ ਸਿੰਘ ਮੇਰੇ ਭਰਾ ਨੂੰ ਇਹਨੇ ਬੰਦੂਕ ਤਾਣੀ, ਅਤੇ ਉਸ ਮੇਰੀ ਭਰਜਾਈ ਨੂੰ ਵੀ ਬੰਦੂਕ ਸਿੱਧਾ। ਕਿੰਨੇ ਗੁੰਡਿਆਂ ਕੋਲ ਬੰਦੂਕਾਂ ਹੈਗੀਆਂ ਸੀ ਔਰ ਪਿਸਤੌਲ ਹੈਗੇ ਸੀ, 4-5 ਬੰਦੂਕਾਂ ਸੀ, 3-4 ਪਿਸਤੌਲ ਸੀ, ਅਤੇ ਇਹਨਾਂ ਕੋਲ ਇਹਨਾਂ ਧਮਕੀਆਂ ਦਿੱਤੀਆਂ ਵੀ ਬਾਹਰ ਨਿਕਲੋ, ਅੱਜ ਤੁਹਾਨੂੰ ਸੁੱਕਾ ਜਾਣ ਨਹੀਂ ਦੇਣਾ, ਅਤੇ ਬਰਾਤ ਰੋਕੀ, ਅਤੇ ਇਹ ਪਿੰਡ ਦੇ ਚੱਕਰ ਲਗਾਉਂਦੇ ਰਹੇ, ਪਿੰਡ ਦੇ ਗੇੜੇ ਕੱਢਦੇ ਰਹੇ, ਅਤੇ ਪਿੰਡ ਨੂੰ ਧਮਕਾਉਂਦੇ ਵੀ ਰਹੇ ਵੀ ਕਿਹੜਾ ਵੀ ਵੀਡੀਓ ਬਣਾਉਂਦਾ ਸੀ ਉਹ ਵੀਡੀਓ ਬਣ ਨਹੀਂ ਦਿੰਦੇ, ਉਹਨੂੰ ਸਿੱਧੀ ਗੋਲੀ ਕਰ ਦਿੰਦੇ ਸੀ। ਮੇਰੇ ਬਣਾਈ ਵੀਡੀਓ ਮੇਰੇ ਮੋਬਾਈਲ ਤੋਂ ਬਣੀ ਹੈ, ਉਹ ਮੇਰੇ ਕੋਲ ਹੈ। ਅਤੇ ਇੰਨੇ ਗੁੰਡੇ ਲਿਆ ਕੇ ਸਾਰੇ ਪਿੰਡ ਦਾ ਰੌਣ ਦਿੱਤਾ, ਅਤੇ ਬਰਾਤ ਰੋਕਣੀ ਚਾਹੀਦੀ, ਸਭ ਇਹਨਾਂ ਦੇ ਕੋਲ ਰਾਈਫਲਾਂ ਸੀ। ਵੀਡੀਓ ਹੈਗੀ ਹੈ, ਦੇਖ ਲਓ ਵੀਡੀਓ। ਵੀਡੀਓ ਦੇ ਵਿੱਚ ਕੀ ਦੇਖ ਰਿਹਾ? ਵੀਡੀਓ ਦੇ ਵਿੱਚ ਦੇਖ ਰਿਹਾ ਕਿ ਬੰਦੇ ਲੈ ਕੇ ਆਪਣੇ ਪਿੱਛੇ ਸਭ ਰਾਉਂਡ ਮਾਰ ਰਿਹਾ ਕਿ ਬਰਾਤ ਨੂੰ ਨਹੀਂ ਜਾਣ ਦੇਣਾ। ਉਧਰ ਇਸ ਘਟਨਾ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਮਾਮਲਾ ਸ਼ਾਂਤ ਕੀਤਾ ਅਤੇ ਬਰਾਤ ਨੂੰ ਰਵਾਨਾ ਕੀਤਾ। ਇਸ ਮਾਮਲੇ 'ਚ ਪੁਲਿਸ ਵੀ ਕੁਝ ਬੋਲਣ ਤੋਂ ਝਿਜਕ ਰਹੀ ਹੈ ਅਤੇ ਬਹਾਨੇ ਬਣਾ ਰਹੀ ਹੈ। ਉਧਰ ਜਦੋਂ ਇਸ ਸੰਬੰਧੀ DSP ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਪੱਲਾ ਝਾੜਦੇ ਹੋਏ ਸਾਰਾ ਮਾਮਲਾ SHO ਮਮਦੋੜ ਤੇ ਸੁੱਟ ਦਿੱਤਾ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।